ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਕੀਤੀਆਂ ਬਦਲੀਆਂ ਤਹਿਤ ਹਰਜਿੰਦਰ ਸਿੰਘ ਨੇ ਡੀਈਓ ਐਲੀਮੈਂਟਰੀ ਹੁਸ਼ਿਆਰਪੁਰ ਵੱਜੋਂ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਸਟਾਫ ਮੈਂਬਰ ਨਾਲ ਵਧਾਈ ਦਿੱਤੀ। ਅਹੁਦਾ ਸੰਭਾਲਣ ਉਪਰੰਤ ਉਹਨਾਂ ਨੇ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਸਿੱਖਿਆ ਵਿਭਾਗ ਦੇ ਕੰਮਕਾਜ ਨੂੰ ਹੋਰ ਬਿਹਤਰ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਡਿਪਟੀ ਡੀਈਓ ਤੀਰਥ ਸ਼ਰਮਾ ਤੇ ਸੁਖਵਿੰਦਰ ਸਿੰਘ, ਸਕੂਲ ਸਿੱਖਿਆ ਸੁਧਾਰ ਕਮੇਟੀ ਦੇ ਇੰਚਾਰਜ ਪ੍ਰਿੰਸੀਪਲ ਸ਼ੈਲਿੰਦਰ ਠਾਕੁਰ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਸੁਨੀਲ ਕੁਮਾਰ, ਲੈਕਚਰਾਰ ਸੰਦੀਪ ਸੂਦ, ਰਜਨੀਸ਼ ਗੁਲਿਆਨੀ, ਲੈਕਚਰਾਰ ਕਮਲ ਕਿਸ਼ੋਰ, ਸ਼ੈਲਿੰਦਰ ਸਿੰਘ, ਅਸ਼ੋਕ ਕਾਲੀਆ, ਜੀ ਐਸ ਨਿਰਗੁਣ ਅਤੇ ਵੱਖ ਵੱਖ ਸਕੂਲਾਂ ਦੀ ਮੁਖੀ ਅਤੇ ਅਧਿਆਪਕਾਂ ਨੇ ਉਹਨਾਂ ਨੂੰ ਵਧਾਈ ਦਿੱਤੀ। ਸੰਦੀਪ ਡੋਗਰਾ ਦੀ ਰਿਪੋਰਟ। ਸਰ, ਡੀਓ ਐਲੀਮੈਂਟਰੀ ਜੁਆਇਨ ਕੀਤਾ, ਕੀ ਪ੍ਰਾਇਓਰਟੀ ਰਹੇਗੀ? ਬਤੌਰ ਜ਼ਿਲ੍ਹਾ ਸਿੱਖਿਆ ਅਫਸਰ, ਇਹ ਸਭ ਤੋਂ ਅਹਿਮ ਜ਼ਿੰਮੇਵਾਰੀ ਆ ਕਿ ਬੱਚਿਆਂ ਦੀ ਐਜੂਕੇਸ਼ਨ ਜਿਹੜੀ ਆ ਉਹ ਪ੍ਰੋਪਰ ਹੋਣੀ ਚਾਹੀਦੀ ਆ, ਪ੍ਰੋਪਰ ਪੀਰੀਅਡ ਲੱਗਣੇ ਚਾਹੀਦੇ ਉਹਨਾਂ ਦੇ। ਜਿੱਥੇ ਕਿਤੇ ਕੋਈ ਕਮੀ ਪੇਸ਼ੀ ਹੈਗੀ ਕਿਸੇ ਸਬਜੈਕਟ ਦੀ ਜਾਂ ਕਿਸੇ ਅਧਿਆਪਕ ਦੀ ਕਮੀ ਹੈਗੀ ਆ, ਉਹਨੂੰ ਆਪਾਂ ਪੂਰਾ ਕਰਾਂਗੇ। ਸਰ, ਜਿਹੜੇ ਰਿਮੋਟ ਏਰੀਏ ਦੇ ਸਕੂਲ ਆ, ਕਿਉਂਕਿ ਸਾਡਾ ਜ਼ਿਆਦਾਤਰ ਕੰਢੀ ਏਰੀਆ, ਉਹਨਾਂ ਦੀ ਬਿਹਤਰੀ ਲਈ ਕਿਸ ਤਰ੍ਹਾਂ ਦੇ? ਉਹਨਾਂ ਦੀ ਬਿਹਤਰੀ ਵਾਸਤੇ ਵੈਸੇ ਤਾਂ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀ ਭਰਤੀ ਜਿਹੜੀ ਆ ਉਹ ਕੀਤੀ ਜਾ ਰਹੀ ਆ। ਜਿੱਥੇ ਕਿਤੇ ਅਧਿਆਪਕਾਂ ਦੀ ਕਮੀ ਹੈਗੀ ਆ, ਉੱਥੇ ਆਪਾਂ ਬੀਪੀਓ ਸਾਹਿਬਾਨ ਨਾਲ ਗੱਲਬਾਤ ਕਰਕੇ ਜਿੱਥੇ ਕਿਤੇ ਵੀ ਕਮੀ ਹੈਗੀ ਅਧਿਆਪਕਾਂ ਦੀ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਤਾਂ ਜੋ ਬੱਚਿਆਂ ਨੂੰ ਜਿਹੜੀ ਮਿਆਰੀ ਐਜੂਕੇਸ਼ਨ ਉਹ ਦਿੱਤੀ ਜਾ ਸਕੇ। ਹਮਾਰੇ ਕੋਚਿੰਗ ਇੰਸਟੀਟਿਊਟ ਮੇ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਜਾਂ ਕੋਚਿੰਗ ਲੈਣੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋਂ ਹਮਾਰੇ ਸਾਥ ਐਡਮਿਸ਼ਨ ਲੈਣੇ ਪੇ ਬਚ ਸਕਤਾ ਹੈ।